ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ My English Companion ਉਸ ਦਾ ਲੈਸਨ ਨੰਬਰ 11 There was a naughty boy ਉਸ ਦੀ ਐਕਟੀਵਿਟੀ ਨੰਬਰ 2 ਜਿਸ ਦਾ ਸਿਰਲੇਖ ਹੈ ਪੋਸਟ ਰੀਡਿੰਗ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਸੋ ਨੋਟਬੁੱਕ ਅਤੇ ਪੈਨ ਲੈ ਲਓ ਸਾਰੇ ਆਨਸਰਸ ਨੂੰ ਕਾਪੀ ਡਾਊਨ ਕਰ ਲਓ ਪਰ ਬਾਅਦ ਵਿੱਚੋਂ ਐਕਟੀਵਿਟੀ ਨੂੰ ਆਪਣੇ ਆਪ ਬਿਨਾਂ ਦੇਖੇ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ so can they the naughty boy ran away to scotland from england to see the people there ਅਰਥਾ ਜਿਹੜਾ ਉਹ ਐਲਟੀ ਮੁੰਡਾ ਸੀਗਾ ਉਹ ਐਂਗਲ ਇੰਗਲੈਂਡ ਤੋਂ ਭੱਜ ਕੇ ਸਕਾਟਲੈਂਡ ਗਿਆ ਕਾਦੇ ਲਈ ਟੂ ਸੀ ਦੀ ਪੀਪਲ देयर ਉੱਥੇ ਸਕਾਟਲੈਂਡ ਵਿੱਚ ਲੋਕਾਂ ਨੂੰ ਦੇਖਣ ਲਈ देयर ਉੱਥੇ ਹੀ ਫਾਊਂਡ ਥੈਟ ਉਹਨੇ ਇਹ ਦੇਖਿਆ ਉਹਨੇ ਇਹ ਪਾਇਆ ਉਹਨੂੰ ਪਤਾ ਲੱਗਾ ਥੈਟ ਥਿੰਗਸ ਇਨ ਸਕਾਟਲੈਂਡ ਜਿਹੜੀਆਂ ਵਸਤੂਆਂ ਚੀਜ਼ਾਂ ਸਕਾਟਲੈਂਡ ਵਿੱਚ ਸੀਗੀਆਂ ਵਰ ਜਸਟ ਦੀ ਸੇਮ ਐਜ਼ ਇਨ ਇੰਗਲੈਂਡ ਉਹ ਜਿਵੇਂ ਇੰਗਲੈਂਡ ਚ ਨੇ ਉਦਾਂ ਦੀਆਂ ਹੀ ਸੀਗੀਆਂ ਕਹਿੰਦੇ ਟੂ ਸ਼ੋ ਦੈਟ ਥਿੰਗਸ ਵਰ ਸਿਮਿਲਰ ਕਹਿੰਦੇ ਐ ਦੱਸਣ ਲਈ ਐ ਦਿਖਾਉਣ ਲਈ ਐ ਦਰਸਾਉਣ ਲਈ ਕਿ ਚੀਜ਼ਾਂ ਸਿਮਿਲਰ ਸੀ ਇੱਕੋ ਜੀਆਂ ਸੀ ਦੀ ਪੋਇਟ ਯੂਜ਼ਸ ਦੀ ਵਰਡ ਐਸ ਉਹਨੇ ਐਸ ਵਰਤੇ ਐਸ ਠੀਕ ਹੈ ਰਾਈਟ ਅਬਾਊਟ ਦੀ ਥਿੰਗਸ ਦੈਟ ਆਰ ਸਿਮਿਲਰ ਇਨ ਦੀ ਸਪੇਸ ਗਿਵਨ ਕਹਿੰਦੇ ਉਹ ਚੀਜ਼ਾਂ ਲਿਖੋ ਜਿਹੜੀਆਂ ਇੱਕ ਦੇ ਵਰਗੀਆਂ ਦੂਜੀਆਂ ਨੇ ਸੇਮ ਨੇ ਤੇ ਇੰਦੀ ਸਪੇਸ ਜੋ ਥਾਂ ਖਾਲੀ ਛੰਦ ਦਿੰਦਾ ਹੈ ਵਨ ਐਗਜ਼ਾਮਪਲ ਇਜ਼ 기ਵਨ ਇੱਕ ਉਦਾਹਰਣ ਟਰਲੇ ਦਿੰਦਾ ਹੈ ਕੀ ਦੀ ਨੋਟੀ ਬoi ਫਾਉਂਡ ਦੈਟ ਹੈਲਥੀ ਮੁੰਡੇ ਨੇ ਇਹ ਦੇਖਿਆ ਕਿ ਦੀ ਗਰਾਉਂਡ ਇਨ ਸਕਾਟਲੈਂਡ ਵਾਸ ਐਜ਼ ਹਾਰਡ ਐਜ਼ ਇਨ ਇੰਗਲੈਂਡ ਕੀ ਜੋ ਜ਼ਮੀਨ ਸੀ ਸਕਾਟਲੈਂਡ ਵਿੱਚ ਉਨੀ ਹੀ ਸਖਤ ਸੀ ਉਨੀ ਹੀ ਠੋਸ ਸੀ ਜਿੰਨੀ ਇੰਗਲੈਂਡ ਵਿੱਚ ਸੀ ਅਸੀਂ ਪੰਜਾਬੀ ਵਿੱਚ ਕਹਿੰਦੇ ਹਾਂ ਉਨੀ ਤੇ ਜਿੰਨੀ ਉਨਾ ਤੇ ਜਿੰਨਾ ਉਨੇ ਤੇ ਜਿੰਨੇ ਜੇ ਬਹੁਤ ਚੰਗਾ ਤੇ ਉਨ ਉਹ ਉਹ ਉਨ ਹੀ ਅਮੀਰ ਹੈ ਜਿੰਨਾ ਉਹਦਾ ਦੋਸਤ ਹੈ ਜਿੱਦਾਂ ਜਿਹਾ ਹੀ ਇਜ਼ ਐਜ਼ ਰਿਚ ਐਜ਼ ਹਿਸ ਫਰੈਂਡ ਠੀਕ ਹੈ ਸੋ ਇੱਥੇ ਜਿਹੜਾ ਐਜ਼ ਵਰਡ ਆ ਅਸੀਂ ਪੰਜਾਬੀ ਵਿੱਚ ਉਨਾਂ ਜਿੰਨਾ ਉਨੀ ਜਿੰਨੀ ਕਹਿੰਦੇ ਆ ਤੇ ਉਹ ਉਹਦਾ ਉਹਦਾ ਉਹ ਅਭਿਆਸ ਕਰਾ ਠੀਕ ਹੈ ਉਹ ਦੇਖਿਓ ਦੂਜੇ ði naughty boy found that ਹੈਲਥੀ ਮੁੰਡੇ ਨੇ ਉੱਥੇ ਦੇਖਿਆ ਕਿ ਆ ਯਾਰਡ ਇੱਕ ਗੱਜ਼ ਇਨ ਸਕਾਟਲੈਂਡ ਵਾਸ ਐਸ ਲੌਂਗ ਐਸ ਇਨ ਇੰਗਲੈਂਡ ਇੱਕ ਗੱਜ ਜਿਹੜਾ ਹੈ ਉਹ ਸਕਾਟਲੈਂਡ ਵਿੱਚ ਹੀ ਉਨਾ ਹੀ ਲੰਬਾ ਹੈ ਜਿੰਨਾ ਇੰਗਲੈਂਡ ਵਿੱਚ ਲੰਮਾ ਹੈ ਦੀ ਨੋਟੀ ਬॉय ਫਾਊਂਡ ਥੈਟ ਅ Song ਇਨ ਸਕਾਟਲੈਂਡ ਵਾਸ ਐਸ ਮੈਰੀ ਐਸ ਇਨ ਇੰਗਲੈਂਡ ਐਲਤੀ ਮੁੰਡੇ ਨੇ ਦੇਖਿਆ ਕਿ ਸਕਾਟਲੈਂਡ ਦੇ ਵਿੱਚ Song ਜੋ ਗੀਤ ਹੈ ਉਨਾ ਹੀ ਖੁਸ਼ੀ ਭਰਿਆ ਹੈ ਉਨਾ ਹੀ ਖੁਸ਼ੀ ਭਰਿਆ ਸੀ ਕਿਉਂਕਿ ਆਵਾਜ਼ ਹੈ ਨਾ ਉਨਾ ਹੀ ਖੁਸ਼ੀ ਭਰਿਆ ਸੀ ਜਿੰਨਾ ਇੰਗਲੈਂਡ ਵਿੱਚ ਸੀ ਠੀਕ ਹੈ ਦੀ ਨੋਟੀ ਬாய் ਫਾਊਂਡ ਦੈਟ ਹੈਲਥੀ ਮੁੰਡੇ ਨੇ ਦੇਖਿਆ ਕਿ ਆ ਚੈਰੀ ਇਨ ਸਕਾਟਲੈਂਡ ਵਾਜ਼ ਐਜ਼ ਰੈਡ ਐਜ਼ ਇਨ ਇੰਗਲੈਂਡ ਕੀ ਸਕਾਟਲੈਂਡ ਵਿੱਚ ਜਿਹੜੀ ਚੈਰੀ ਸੀ ਜਿਹੜਾ ਫਲ ਸੀ ਬੇਰਤੀ ਨਸਲ ਦਾ ਚੈਰੀ ਉਹ ਉਨਾ ਹੀ ਲਾਲ ਸੀ ਜਿੰਨਾ ਇੰਗਲੈਂਡ ਵਿੱਚ ਸੀ ਠੀਕ ਹੈ ਦੀ ਨੋਟੀ ਬாய் ਫਾਊਂਡ ਦੈਟ ਲੈਡ ਇਨ ਸਕਾਟਲੈਂਡ ਵਾਜ਼ ਐਜ਼ ਵੇਟੀ ਐਜ਼ ਇਨ ਇੰਗਲੈਂਡ ਹੈਲਥੀ ਮੁੰਡੇ ਨੇ ਦੇਖਿਆ ਕਿ ਜੋ ਸੀਸਾ ਸੀ ਸੀਸਾ ਲੈਡਨ ਕਿਤੇ ਸੀਸਾ ਸਕਾਟਲੈਂਡ ਦੇ ਵਿੱਚ ਜਿਹੜਾ ਸੀਸਾ ਸੀ ਉਹ ਉਨਾ ਹੀ ਭਾਰਾ ਸੀ ਜਿੰਨਾ ਇੰਗਲੈਂਡ ਵਿੱਚ ਸੀ ਤੁਹਾਨੂੰ ਬੱਚਿਓ ਪਹਿਲੇ ਅਸੀਂ ਲੈਸਨ ਦੱਸੂ ਕਿਉਂਕਿ ਸਕਾਟਲੈਂਡ ਤੇ ਇੰਗਲੈਂਡ ਇਹ ਦੋ ਸੂਬੇ ਨੇ ਯੂਨਾਈਟਿਡ ਕਿੰਗਡਮ ਦੇ ਠੀਕ ਹੈ ਦੋ ਸੂਬੇ ਹੋਰ ਨੇ ਇੱਕ ਵੇਲਜ਼ ਹੈਗਾ ਤੇ ਇੱਕ ਨਾਰਥਰਨ ਆਇਲੈਂਡ ਹੈਗਾ ਸੋ ਚਾਰ ਸੂਬੇ ਨੇ ਨਾਰਥਰਨ ਆਇਲੈਂਡ ਸਕਾਟਲੈਂਡ ਇੰਗਲੈਂਡ ਤੇ ਵੇਲਜ਼ ਠੀਕ ਹੈ ਆਖਰੀ ਦੋ ਅਗੇ ਦੀ ਨੋਟੀ ਬੋਏ ਫਾਊਂਡ ਦੈਟ ਇਲਤੀ ਮੁੰਡੇ ਨੇ ਦੇਖਿਆ ਕਿ 4 ਸਕੋਰ ਇਨ ਸਕਾਟਲੈਂਡ ਵਾਜ਼ ਐਜ਼ 80 ਐਜ਼ ਇਨ ਇੰਗਲੈਂਡ ਕਹਿੰਦੇ ਜੋ 4 ਸਕੋਰ ਸੀ 4 20 ਉਹ ਉਨਾ ਹੀ 80 ਸੀ ਜਿੰਨਾ 80 ਮਤਲਬ ਉੱਥੇ ਵੀ 80 ਸੀ ਤੇ ਜੇ ਇੰਗਲੈਂਡ ਵਿੱਚ ਜਿਹੜੇ 80 ਦੇ ਬਰਾਬਰ ਹੀ ਸੀ ਜੋ ਇੰਗਲੈਂਡ ਵਿੱਚ 80 ਹੈ ਉਹ 4 ਸਕੋਰ ਸਕਾਟਲੈਂਡ ਵਿੱਚ ਵੀ ਉਨਾ ਹੀ ਸੀ ਉਨਾ ਹੀ 80 ਸੀ ਜਿੰਨਾ 80 ਉਹ ਇੰਗਲੈਂਡ ਵਿੱਚ ਸੀ ਦੀ ਨੋਟੀ ਬॉय ਫਾਊਂਡ ਥੈਟ ਇਲਤੀ ਮੁੰਡੇ ਨੇ ਦੇਖਿਆ ਕਿ ਅ ਡੋਰ ਇਨ ਸਕਾਟਲੈਂਡ ਵਾਸ ਐਜ਼ ਵੁਡਨ ਐਜ਼ ਇਨ ਇੰਗਲੈਂਡ ਅਰਥਾਤ ਜਿੰਨੀ ਲੱਕੜ ਦੀ ਅੰਸ਼ ਕਿਸੇ ਦਰਵਾਜ਼ੇ ਵਿੱਚ ਸਕਾਟਲੈਂਡ ਵਿੱਚ ਵੀ ਸੀ ਵਿੱਚ ਸੀ ਉਨੀ ਹੀ ਲੱਕੜ ਦੀ ਅੰਸ਼ ਉਦਾਂ ਦੀ ਹੀ ਲੱਕੜ ਉਹਦੀ ਲੱਕੜ ਵਰਗਾ ਹੀ ਦਰਵਾਜ਼ੇ ਇੰਗਲੈਂਡ ਵਿੱਚ ਸੀ ਜਿੱਦਾਂ ਲੱਕੜ ਤੋਂ ਦਰਵਾਜ਼ੇ ਇੰਗਲੈਂਡ 'ਚ ਬਣੇ ਹੋਏ ਸੀ ਉਦਾਂ ਦੇ ਹੀ ਲੱਕੜ ਦੇ ਦਰਵਾਜ਼ੇ ਸਕਾਟਲੈਂਡ ਵਿੱਚ ਬਣੇ ਹੋਏ ਸੀ ਸੋ ਇਦਾਂ ਬੱਚੋ ਐਜ਼ ਜਿਹੜਾ ਸ਼ਬਦ ਹੈ ਐਜ਼ ਗੁੱਡ ਐਜ਼ ਐਜ਼ ਵੈਟੀ ਐਜ਼ ਐਜ਼ ਈਟੀ ਐਜ਼ ਐਜ਼ ਮੈਰੀ ਐਜ਼ ਐਜ਼ ਰਿਚ ਐਜ਼ ਐਜ਼ ਪੋਰ ਐਜ਼ ਆਮ ਅੰਗਰੇਜ਼ੀ ਵਿੱਚ ਵਰਤਿਆ ਜਾਂਦਾ ਸੋ ਇਹਦੇ ਰਾਹੀਂ ਇਹ ਸੱਤ ਸੈਂਟੈਂਸ ਆ ਰਹੀ ਤੁਹਾਨੂੰ ਅੰਗਰੇਜ਼ੀ ਦਾ ਜਿਹੜਾ ਇਹ ਇੱਕ ਫਰੇਜ਼ਿਸ ਹੈਗੇ ਨੇ ਐਜ਼ ਐਜ਼ ਗੁੱਡ ਐਜ਼ ਐਜ਼ ਬੈਡ ਐਜ਼ ਐਜ਼ ਹੈਵੀ ਐਜ਼ ਜਿੰਨਾ ਉਹ ਉਨਾ ਹੀ ਹੋ ਜਿੰਨਾ ਉਹ ਉਨਾ ਹੀ ਹੋ ਇਹਦਾ ਅਭਿਆਸ ਤੁਹਾਨੂੰ ਹੋ ਗਿਆ ਹੋਏਗਾ ਸੋ ਬੜੀ ਵਧੀਆ ਚੀਜ਼ ਸੀ ਇਹ ਗੱਲਾਂ ਲਿਖਤੀ ਰੂਪ ਵਿੱਚ ਵੀ ਵਰਤੀਆਂ ਜਾਂਦੀਆਂ ਤੇ ਅੰਗਰੇਜ਼ੀ ਦੀ ਬੋਲਚਾਲ ਵਿੱਚ ਵੀ ਵਰਤੀਆਂ ਜਾਂਦੀਆਂ ਸੋ ਐਸੀ ਤੁਹਾਡੀ ਐਕਟੀਵਿਟੀ ਨੰਬਰ 2 ਇਸੇ ਤਰ੍ਹਾਂ ਮਨ ਲਗਾ ਕੇ ਉਤਸ਼ਾਹ ਦੇ ਨਾਲ ਨੇਮ ਦੇ ਨਾਲ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਰੱਬ ਰੱਖਾ ਥੈਂਕ ਯੂ ਵੈਰੀ ਮਚ